ਜੀ, ਹੋਰ ਸਭ ਠੀਕ ਠਾਕ ਹੋ? ਮੈਂ ਜਤਿੰਦਰ ਸਿੰਘ ਖਹਿਰਾ ਅਤੇ ਤੁਸੀਂ ਦੇਖਦੇ ਪਏ ਯੂਰਪ ਤੋਂ ਪੰਜਾਬੀ ਚੈਨਲ। ਅਤੇ ਅੱਜ ਆਪਾਂ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ, ਜੋ ਕਿ ਤੁਹਾਨੂੰ ਦੱਸਿਆ ਜਾਊਗਾ ਕਿ 2021 ਦੇ ਵਿੱਚ ਜਿਹੜੇ ਆਪਣੇ ਪੇਪਰ ਖੁੱਲ੍ਹਣ ਬਾਰੇ ਜਿੱਦਾਂ ਆਪਾਂ ਨੂੰ ਮੈਸੇਜ ਆਉਂਦੇ ਨੇ ਜਾਂ ਸੋਚਦੇ ਪਏ ਨੇ ਜੋ ਵੀ ਰਿਕੇ ਸਿੰਘ 2021 ਦੇ ਵਿੱਚ ਪੇਪਰ ਭਰਵਾਉਣੇ ਨੇ, ਕਦੋਂ ਓਪਨ ਹੋ ਰਹੇ ਨੇ, ਕਦੋਂ ਇਮੀਗ੍ਰੇਸ਼ਨ ਓਪਨ ਹੋ ਰਹੀ ਹੈ, ਕਦੋਂ ਪੇਪਰ ਭਰੇ ਜਾਣਗੇ ਵੀਰ ਜੀ। ਅਤੇ ਕੁਛ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਅਸੀਂ ਪੇਪਰ ਭਰਵਾ ਲਏ ਨੇ ਜਿੱਦਾਂ, ਬਟ ਉਹ ਮੇਰੇ ਅੰਦਾਜ਼ੇ ਨਾਲ ਜਿੱਦਾਂ ਕਿ ਸਹੀ ਨਹੀਂ ਹੈਗਾ, ਝੂਠ ਹੈ ਜੇ, ਕਿਉਂਕਿ ਇਮੀਗ੍ਰੇਸ਼ਨ ਓਪਨ ਨਹੀਂ ਗੀ ਹੋਈ। ਠੀਕ ਹੈ ਜੀ, ਅਤੇ ਇਹਦੇ ਬਾਰੇ ਕੀ ਵਿਚਾਰ ਹੋ ਰਹੀ ਹੈ ਸਰਕਾਰ ਦੀ, ਕੀ ਗੱਲਬਾਤ ਚੱਲ ਰਹੀ ਹੈ, ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਅੱਜ ਗੱਲਬਾਤ ਕਰਾਂਗੇ। ਅਤੇ ਬਾਕੀ ਤੁਹਾਨੂੰ ਇਹੋ ਕਹਿੰਦੇ ਹਾਂ ਜਿੱਦਾਂ ਕਿ ਜਦ ਤੱਕ ਇੱਥੋਂ ਵਾਲਾ ਇਹ ਕੋਟਾ ਜਿੱਦਾਂ ਕਹਿ ਸਕਦੇ ਜਿਹੜੇ ਆਪਣੇ ਪੁਰਾਣੇ ਆ ਜਾਂ ਇੱਥੇ ਸਰਕਾਰਾਂ ਦੀ ਕੋਈ ਜਿੱਦਾਂ ਇੱਕ ਦੂਜੇ ਨਾਲ ਸਹਿਮਤੀ ਨਹੀਂ ਹੁੰਦੀ, ਉਦੋਂ ਤੱਕ ਪੇਪਰ ਨਹੀਂ ਗੇ ਖੁੱਲ੍ਹਣੇ ਜਿੱਦਾਂ। ਠੀਕ ਹੈ, ਸਭ ਤੋਂ ਮੇਨ ਗੱਲ ਤਾਂ ਇਹ ਆ। ਅਤੇ ਇਹਨਾਂ ਦੀ ਚਰਚਾ ਚੱਲਦੀ ਪਈ ਆ, ਜਿੱਦਾਂ ਤੁਹਾਨੂੰ ਅੱਗੇ ਵੀ ਇੱਕ ਮੈਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਕਿ ਇਹ ਆਪਣਾ ਮਿਨਿਸਟਰ ਦੇ ਇੰਤਹਿਰ ਨੂੰ ਜਿਹੜੀ ਹੈ ਉਹਨਾਂ ਨੇ ਜਿੱਦਾਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਹੋਇਆ ਜਿੱਦਾਂ ਕਿ ਜਿਹੜਾ ਅਸੀਂ ਜੇ 2021 ਪੇਪਰ ਖੋਲ੍ਹਾਂਗੇ ਤਾਂ ਅਸੀਂ ਯਾਨੀ ਕਿ ਕੰਮਾਂ ਦੀ ਸਾਨੂੰ ਜ਼ਿਆਦਾ ਲੋੜ ਹੈ, ਯਾਨੀ ਕਿ ਜੋ ਦੇਸ਼ ਤੋਂ ਬਾਹਰ ਇਟਲੀ ਤੋਂ ਬਾਹਰ ਆਉਣ ਵਾਲੇ ਲੋਕ ਉਹਨਾਂ ਦੀ ਜ਼ਿਆਦਾ ਲੋੜ ਹੈ, ਇਸ ਕਰਕੇ ਅਸੀਂ ਕੋਟਾ ਜਿਹੜਾ ਇਸ ਸਾਲ ਵੱਧ ਕੱਢਾਂਗੇ ਜਿੱਦਾਂ, ਯਾਨੀ ਕਿ ਵੱਧ ਲੋਕ ਆਉਣ ਦੇ ਚਾਂਸ ਹੈਗੇ ਆ। ਅਤੇ ਇਹ ਦੇਖੋ ਕਿੰਨਾ ਕੱਢਣਾ ਕੀ ਹਿਸਾਬ ਤਾਂ ਇਹਦੇ ਬਾਰੇ ਆਪਾਂ ਜਿੱਦਾਂ ਵੀ ਨਹੀਂ ਗਾ ਕੁਛ ਕਹਿ ਸਕਦੇ, ਜਦ ਤੱਕ ਕੋਈ ਲੇਜੇ ਨਹੀਂ ਆਉਂਦੇ, ਜਦ ਤੱਕ ਇੱਦਾਂ ਕੋਈ ਕਾਨੂੰਨ ਨਹੀਂ ਨਾ ਆਉਂਦਾ, ਉਸ ਤੱਕ ਆਪਾਂ ਕੁਛ ਨਹੀਂ ਕਹਿ ਸਕਦੇ। ਅਤੇ ਜੇ ਆਪਾਂ ਗੱਲ ਕਰੀਏ ਕਿ ਇਹ ਜਿਹੜੀ ਆ ਜੋ ਚੱਲਦੀ ਪਈ ਹੁਣ ਮੀਟਿੰਗ ਦੇ ਬਾਰੇ ਜਿੱਦਾਂ ਚਰਚਾ ਹੋ ਰਹੀ ਆ, ਦੇਖੋ ਆ ਮੈਂ ਤੁਹਾਨੂੰ ਉੱਪਰ ਇੱਕ ਲਾਈਨ ਵੀ ਲਿਖੀ ਹੋਈ, ਮੀਗ੍ਰਾਂਤੀ ਫੋਨ ਯੂਨੀਅਨ ਯੂਰੋਪਾ ਰਿਨਿਊਨੀਓ ਨੇ ਸੂਈ ਫਲੂ ਸੀਵਰ 4311 ਯਾਨੀ ਕਿ 31/8/2021 ਨੂੰ ਜਿੱਦਾਂ ਇਹਨਾਂ ਦੀ ਜੋ ਵੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜਿੱਦਾਂ ਚਰਚਾ ਜਿਹੜੀ ਹੋਣੀ ਆ ਉਹ ਇਹੋ ਹੋਣੀ ਆ ਜਿੱਦਾਂ ਕਿ ਜਿਹੜੀ ਇਮੀਗ੍ਰੇਸ਼ਨ ਜੋ ਸਮੁੰਦਰ ਰਾਹੀਂ ਆ ਰਹੀ ਆ ਜਾਂ ਆਪਾਂ ਜੋ ਸੱਦਦੇ ਪਏ ਹਾਂ ਜਾਂ ਜੋ ਇੱਥੇ ਲੋਕ ਨੇ ਉਹਨਾਂ ਬਾਰੇ ਤਾਂ ਸਾਰੀ ਚਰਚਾ ਹੋ ਗਿਆ। ਦੇਖੋ ਆਹ ਵਾਲਾ ਹਿੰਟ ਜਿਹੜੀ ਇੱਕ ਮੈਂ ਉੱਪਰ ਲਿਖੀ ਹੋਈ ਹੈ ਉੱਦਾਂ ਨਹੀਂ ਮੈਂ ਲਿਖੀ ਹੋਈ ਆਪਣੇ ਕੋਲੋਂ, ਇਹ ਯਾਨੀ ਕਿ ਜਿੱਦਾਂ ਸਪੈਸ਼ਲ ਉਹਨਾਂ ਨੇ ਅਖਬਾਰ ਦੇ ਵਿੱਚ ਕੱਢਿਆ ਹੋਇਆ ਜਾਂ ਮੀਟਿੰਗ ਜੋ ਹੋ ਰਹੀ ਆ ਉਹਨਾਂ ਵਿੱਚ ਜਿੱਦਾਂ ਉਹਨਾਂ ਦੱਸਿਆ ਹੋਇਆ ਵੀ ਆਹ ਵਾਲੀ ਮੀਟਿੰਗ ਸਾਡੀ 31/8 ਨੂੰ ਹੋ ਰਹੀ ਆ, ਇਹਦੇ ਵਿੱਚ ਜਿਹੜੀ ਆ ਸਭ ਤੋਂ ਜ਼ਿਆਦਾ ਖਾਸ ਜਿਹੜੀ ਆ ਪਰਟੀਕੁਲਾਰੇ ਵੈਰਸੋ ਇਤਾਲੀਆ ਦਾ ਮਤਲਬ ਹੈ ਕਿ ਜਿੱਦਾਂ ਖਾਸ ਕਰਕੇ ਜਿੱਦਾਂ ਇਟਲੀ ਜਿਹੜੀ ਇਹਦੇ ਵਿੱਚ ਜ਼ਿਆਦਾ ਜਿੱਦਾਂ ਇੰਟਰਸਟ ਲੈ ਰਹੀ ਜਾਂ ਜ਼ਿਆਦਾ ਜਿੱਦਾਂ ਵੀ ਉਹਨੂੰ ਉਹਦੇ ਬਾਰੇ ਜਿੱਦਾਂ ਚਰਚਾ ਹੋਊਗੀ ਇਟਲੀ ਦੇ, ਕਿਉਂਕਿ ਇਟਲੀ ਵਿੱਚ ਜਿੱਦਾਂ ਬਹੁਤ ਲੋਕ ਐਂਟਰ ਹੁੰਦੇ ਯੂਰਪ ਗਾਂਹ ਨਿਕਲ ਜਾਂਦੇ ਨੇ, ਫਿਰ ਯੂਰਪ ਸਾਰੇ ਨੂੰ ਟੈਨਸ਼ਨ ਹੁੰਦੀ ਹੈਗੀ। ਆਪਾਂ ਕੋਈ ਇੱਥੇ ਵਿਚਾਰ ਕਰੀਏ, ਹੋ ਸਕਦਾ ਉਸ ਦਿਨ ਜਿੱਦਾਂ ਉਹ ਜਿਸ ਦਿਨ 31/8/2021 ਨੂੰ ਉਹ ਕੋਈ ਨਾ ਕੋਈ ਇਹ ਫਲੂਸੀ ਪੇਪਰ ਜਿਹੜੇ ਆਪਣੇ ਖੁੱਲ੍ਹਣੇ ਉਹਨਾਂ ਬਾਰੇ ਵੀ ਕੋਈ ਚਰਚਾ ਹੋ ਸਕਦੀ ਆ। ਠੀਕ ਹੈ, ਹੋ ਸਕਦੀ ਹੈ, ਜਿੱਦਾਂ ਇਹ ਨਾ ਸੋਚੋ ਵੀ ਹੋਵੇਗੀ, ਜਿੱਦਾਂ ਹਰ ਹਾਲ 'ਚ ਜੇ ਕੋਈ ਚਰਚਾ ਹੋਈ ਤਾਂ ਜ਼ਰੂਰ ਸਾਹਮਣੇ ਆਊਗੀ, ਸਾਹਮਣੇ ਆਊਗੀ ਤਾਂ ਆਪਾਂ ਜ਼ਰੂਰ ਤੁਹਾਡੇ ਕੋਲ ਰੱਖਾਂਗੇ, ਜਾਂ ਤੁਹਾਡੇ ਰਾਹੀਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ, ਤੁਸੀਂ ਦੇਖ ਲਿਓ 31/8 ਤੋਂ ਬਾਅਦ ਦੇ ਪਤਾ ਲੱਗਣਾ ਆਪਾਂ ਨੂੰ। ਠੀਕ ਹੈ ਜੀ, ਪਰ ਇਹਦਾ ਮਤਲਬ ਇਹ ਵੀ ਹਿੱਲ ਜੁਲ ਜੋ ਹੋ ਰਹੀ ਆ ਇਹ ਕੁਛ ਨਾ ਕੁਛ ਤਾਂ ਹੁਣ ਹੋਊਗਾ। ਠੀਕ ਹੈ, ਜੋ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹ ਆਪਾਂ ਤੁਹਾਨੂੰ ਦੱਸਾਂਗੇ, ਉਹ ਵੀ ਬਿਲਕੁਲ ਸਹੀ ਸਹੀ, ਨਾ ਕਿ ਉਹਦੇ ਵਿੱਚ ਕੋਈ ਆਪਾਂ ਆਪਣੇ ਮਨੋਂ ਨਹੀਂ ਕੋਈ ਚੀਜ਼ ਪਾਵਾਂਗੇ, ਇਹਨਾਂ ਸੋਚੋ ਕੋਈ ਗਲਤ ਬੰਦਾ ਦੱਸਦਾ ਪਿਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕਿਉਂਕਿ ਮੈਂ ਤੁਹਾਡੇ ਕੋਈ ਜਜ਼ਬਾਤਾਂ ਦੇ ਨਾਲ ਖੇਡਣਾ ਨਹੀਂ ਚਾਹੁੰਦਾ। ਠੀਕ ਹੈ, ਅਤੇ ਜੇ ਕੋਈ ਤੁਹਾਨੂੰ ਹੋਰ ਕੋਈ ਜਿੱਦਾਂ ਸਵਾਲ ਹੋਵੇ, ਜਿੱਦਾਂ ਹੁਣ ਕਈ ਵੀਰ ਆਪਣੇ ਕਹਿੰਦੇ ਨੇ ਅੰਬੈਸੀ ਕਦੋਂ ਓਪਨ ਹੋਣੀ ਆ ਜਾਂ ਫਲਾਈਟਾਂ ਕਦੋਂ ਓਪਨ ਹੋਣੀਆਂ, ਵੀਰ ਜੀ ਡਾਇਰੈਕਟ ਤਾਂ ਮੇਰੇ ਅੰਦਾਜ਼ੇ ਨਾਲ ਨਹੀਂ ਗਈਆਂ ਹੋਣੀਆਂ ਜੀ, ਕਿਉਂਕਿ ਤਾਂ ਨਹੀਂ ਹੋਣੀਆਂ ਕਿਉਂਕਿ ਅਜੇ ਤੱਕ ਕੇਸ ਜਿਹੜੇ ਆ ਫਿਰ ਤੇਜ਼ ਹੋ ਗਏ ਆ, 7000 ਤੋਂ ਉੱਪਰ ਜਿੱਦਾਂ ਕੇਸ ਆ ਰਹੇ ਨੇ। ਠੀਕ ਹੈ ਜੀ, ਮੌਤਾਂ ਦੀ ਗਿਣਤੀ ਥੋੜ੍ਹੀ ਵਧੀ ਆ, ਕੱਲ੍ਹ ਜਿੱਦਾਂ 30 ਇਹ ਪਰਸੋਂ 30 ਸੀਗੀਆਂ 12 ਨੂੰ, 13 ਨੂੰ ਜਿੱਦਾਂ 45 ਹੋ ਗਏ ਜਿੱਦਾਂ ਮਰਨ ਵਾਲਿਆਂ ਦੀ ਗਿਣਤੀ ਨੂੰ। ਇਸ ਕਰਕੇ ਆਪਾਂ ਇਹੋ ਹੀ ਕਹਿ ਸਕਦੇ ਹਾਂ ਕਿ ਜੋ ਜਿੱਦਾਂ ਅਜੇ ਇਹਦੇ ਚਾਂਸ ਨਹੀਂ ਜਿੱਦਾਂ ਕੋਈ ਵੀ ਹੈਗੇ, ਬਾਕੀ ਇੱਥੋਂ ਵਾਲੇ ਜਿਹੜੇ ਆਪਣੇ ਵੀਰ ਇਟਲੀ ਦੇ ਵਿੱਚ ਰਹਿ ਰਹੇ ਆ, ਕੱਚੇ ਬੰਦੇ ਹੀ ਉਹਨਾਂ ਨੂੰ ਪੱਕੇ ਕੀਤਾ, ਉਹਨਾਂ ਨੂੰ ਜਿੱਦਾਂ ਅਜੇ ਜਿੱਦਾਂ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਔਖਾ ਹੋ ਰਿਹਾ, ਕਿਉਂਕਿ ਉਹਨਾਂ ਨੂੰ ਅਜੇ ਕੋਈ ਅਪੁਆਇੰਟਮੈਂਟ ਜਲਦੀ ਨਹੀਂ ਮਿਲਦੀ ਪਈ, ਸਵਾ ਸਾਲ ਹੋ ਗਿਆ, 1 ਸਾਲ, 2-2, 3-3 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਵੀ, ਉਹ ਵੀ ਜਿੱਦਾਂ ਵਿਚਾਰੇ ਟੈਨਸ਼ਨਾਂ ਦੇ ਵਿੱਚ ਪਏ ਨੇ, ਜਿੱਦਾਂ ਕੋਈ ਵਕੀਲ ਕੋਲ ਜਾ ਰਿਹਾ, ਕੁਛ ਕਿਸੇ ਨੂੰ ਪੈਸੇ ਦੇ ਰਿਹਾ, ਕਿਸੇ ਨੂੰ ਕੁਛ ਕਰਨ ਰਿਹਾ, ਕਿਸ ਤਰੀਕੇ ਨਾਲ ਸਾਡੇ ਪੇਪਰ ਜਿਹੜੇ ਬਣ ਜਾਣ, ਅਤੇ ਦੇਖੋ ਟੈਕਸ ਵੀ ਤਾਰ ਰਹੇ ਨੇ, ਕੰਮ ਵੀ ਕਰ ਰਹੇ ਨੇ, ਇਟਲੀ 'ਚ ਵੀ ਰਹਿ ਰਹੇ ਨੇ, ਤਾਂ ਵੀ ਉਹਨਾਂ ਨੂੰ ਔਖਾ ਹੋ ਰਿਹਾ। ਇਸ ਕਰਕੇ ਇਮੀਗ੍ਰੇਸ਼ਨ 'ਚ ਆਪਾਂ ਨਵੀਂ ਖੋਲ੍ਹਣ ਦੀ ਗੱਲ ਕਰੀਏ, ਉਹ ਹੁਣ ਪਤਾ ਲੱਗੂਗਾ ਜਦੋਂ ਕੋਈ ਨਵੀਂ ਇਨਫੋਰਮੇਸ਼ਨ ਆਊਗੀ, ਯਾਨੀ ਕਿ 31 ਤੋਂ ਬਾਅਦ ਦੇ ਵਿੱਚ ਹੋ ਸਕਦਾ ਕੋਈ ਨਵੀਂ ਇਨਫੋਰਮੇਸ਼ਨ ਆਵੇ, ਤੁਹਾਨੂੰ ਮੈਂ ਜ਼ਰੂਰ ਦੱਸਾਂਗਾ। ਅਤੇ ਇਸ ਕਰਕੇ ਜਿੱਦਾਂ ਵੀ ਜ਼ਿਆਦਾ ਜਦੋਂ ਮੈਂ ਤੁਹਾਨੂੰ ਨਹੀਂ ਕੋਈ ਅਪਡੇਟ ਦਿੰਦਾ, ਇਹ ਨਾ ਸੋਚਿਆ ਕਰੋ ਕਿ ਮੈਂ ਕੋਈ ਆਪ ਨਹੀਂ ਦਿੰਦਾ, ਮੈਨੂੰ ਸਮਝ ਨਹੀਂ ਆਉਂਦੀ ਹੁੰਦੀ, ਮੈਂ ਤੁਹਾਨੂੰ ਦੱਸੀ ਹੈਗੀ ਜਿੱਦਾਂ। ਠੀਕ ਹੈ, ਹੁਣ ਨਵੀਂ ਆਈ ਹੈ, ਉਸੇ ਵਾਲਾ ਵਕਤ ਤੁਹਾਨੂੰ ਆਪਾਂ ਦੱਸਦਾ ਹੈ ਕਿ ਨਵੀਂ ਇਨਫੋਰਮੇਸ਼ਨ ਕੋਈ ਮਾੜੀ ਮੋੜੀ ਜੀ ਮਿਲੀ ਆ, ਉਸੇ ਵਕਤ ਆਪਾਂ ਤੁਹਾਨੂੰ ਦੱਸ ਦਿੱਤਾ। ਠੀਕ ਹੈ, ਅਤੇ ਇਸ ਕਰਕੇ ਜਿੱਦਾਂ ਵੀ ਆਪਾਂ ਜਿੱਦਾਂ ਵੀ ਜਦੋਂ ਵੀ ਕੋਈ ਨਵੀਂ ਇਨਫੋਰਮੇਸ਼ਨ ਆਊਗੀ ਤੁਹਾਡੇ ਮੂਹਰੇ ਲੈ ਕੇ ਆਵਾਂਗੇ, ਇਹ ਵੀ ਇੱਕ ਵਧੀਆ ਇਨਫੋਰਮੇਸ਼ਨ ਹੀ ਕਹਿ ਸਕਦੇ ਜਿੱਦਾਂ ਇਹਨੂੰ, ਕਿਉਂਕਿ ਜੇ ਹੁਣ ਉਹਨਾਂ ਕੋਈ ਚਰਚਾ
ਅਤੇ ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ। ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਊਗਾ ਤਾਂ ਸਾਡੇ ਨੋਟੀਫਿਕੇਸ਼ਨ ਜਿਹੜੀਆਂ ਵੀਡੀਓ ਤੁਹਾਨੂੰ ਮਿਲਦੇ ਰਹਿਣਗੇ ਅਤੇ ਤੁਹਾਨੂੰ ਸਰਚ ਕਰਨ ਦੀ ਕੋਈ ਲੋੜ ਨਹੀਂ ਹੋਊਗੀ। ਠੀਕ ਹੈ, ਅਤੇ ਚਲੋ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।